हां जी दोस्तों ਕਿਸਾਨਾਂ ਦੇ ਲਈ ਪੋਰਟਲ ਲਾਂਚ ਕਰ ਦਿੱਤਾ ਹੈ 1500 ਰੁਪਿਆ ਪਰ ਇਕੜ ਦੇ ਹਿਸਾਬ ਨਾਲ ਕਿਸਾਨਾਂ ਦੇ ਖਾਤਿਆਂ 'ਚ ਟ੍ਰਾਂਸਫਰ ਕੀਤਾ ਜਾਵੇਗਾ ਜਿਹੜੇ ਕਿਸਾਨ ਚੋਣੇ ਦੀ ਸਿੱਧੀ ਵਿਜਾਈ ਕਰਨਗੇ ਤਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਆਉਣਾ ਪੋਰਟਲ ਲਾਂਚ ਕੀਤਾ agrimachinerypb.com ਤੇ ਆਉਣ ਤੋਂ ਬਾਅਦ ਇੱਥੇ ਤੁਸੀਂ ਦਿਸ਼ਾ ਨਿਰਦੇਸ਼ ਪੜ ਸਕਦੇ ਹੋ ਇਹ ਪੜਨ ਤੋਂ ਬਾਅਦ نیچے ਸਕਰੋਲ ਕਰਨਾ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਦਰਜ ਕਰ ਦੇਣਾਗਾ ਇਹ ਆਧਾਰ ਕਾਰਡ ਨੰਬਰ ਉਹੀ ਦਰਜ ਕਰਨਾ ਹੈ ਜਿਹੜਾ ਮੋਬਾਈਲ ਨੰਬਰ ਨਾਲ ਲਿੰਕ ਹੈ ਜੇਕਰ ਨਹੀਂ ਲਿੰਕ ਹੈਗਾ ਤਾਂ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਹੋਣੀ ਪਹਿਲਾਂ ਤੁਸੀਂ ਲਿੰਕ ਜ਼ਰੂਰ ਕਰਵਾ ਲਓ ਉਸ ਤੋਂ ਬਾਅਦ ਤੁਸੀਂ OTP ਤੇ ਕਲਿੱਕ ਕਰੋਗੇ ਤਾਂ ਇੱਥੇ OTP ਭਰ ਦੇਣੀ ਹੈ ਤੁਸੀਂ ਉਸ ਤੋਂ ਨੀਚੇ ਵੈਰੀਫਾਈ OTP ਤੇ ਤੁਸੀਂ ਕਲਿੱਕ ਕਰ ਦੇਣਾ ਹੈ ਨੀਚੇ ਦੇਖ ਸਕਦੇ ਹੋ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਨੈਕਸਟ ਪੇਜ ਓਪਨ ਹੋਵੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਨੈਕਸਟ ਪੇਜ ਓਪਨ ਹੋ ਚੁੱਕਿਆ ਹੈ ਇਹ ਈ ਮੰਡੀ ਪੋਰਟਲ ਤੇ ਤੁਹਾਡੀ ਪਹਿਲਾਂ ਰਜਿਸਟ੍ਰੇਸ਼ਨ ਹੋਈ ਹੈ ਉਹਨਾਂ ਦਾ ਜਿਹੜੀ ਡਿਟੇਲ ਹੈ ਉਹ ਤੁਹਾਡੇ ਸਾਹਮਣੇ ਆਪਣੇ ਆਪ ਆ ਜਾਵੇਗੀ ਜੇਕਰ ਈ ਮੰਡੀ ਪੋਰਟਲ ਤੇ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਹੋਈ ਤਾਂ ਪਹਿਲਾਂ ਤੁਸੀਂ ਉਹ ਕਰਵਾਉਣੀ ਹੈ ਉਹ ਜ਼ਰੂਰੀ ਹੈ ਜਦੋਂ ਤੁਸੀਂ ਫਸਲ ਵੇਚਦੇ ਹੋ ਉੱਥੇ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਤਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਬੈਂਕ ਵੇਰਵਾ ਆ ਗਿਆ ਇਹ ਵੀ ਆਪਣੇ ਆਪ ਆ ਜਾਵੇਗਾ ਤੁਹਾਡੀ ਪਹਿਲਾਂ ਡਿਟੇਲ ਭਰੀ ਹੈ ਉਸ ਮੁਤਾਬਕ ਆ ਜਾਵੇਗਾ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਜ਼ਿਲ੍ਹਾ ਸਿਲੈਕਟ ਕਰਨਾ ਉਸ ਤੋਂ ਬਾਅਦ ਜਿਹੜੀ ਇੱਥੇ ਹੈਗੀ ਤੁਸੀਂ ਆਪਣੀ ਤਹਿਸੀਲ ਸਿਲੈਕਟ ਕਰ ਲੈਣੀ ਤੇ ਪਿੰਡ ਸਿਲੈਕਟ ਕਰ ਲੈਣਾਗਾ ਇਹ ਤੁਸੀਂ ਉਹੀ ਸਿਲੈਕਟ ਕਰਨੀ ਹੈ ਜਿੱਥੇ ਤੁਹਾਡੀ ਜ਼ਮੀਨ ਹੈ ਉਹ ਡਿਟੇਲ ਇੱਥੇ ਸਿਲੈਕਟ ਕਰ ਲਈਆਂ ਭਾਵ ਕਿ ਜ਼ਿਲ੍ਹਾ ਤੁਹਾਡਾ ਪਿੰਡ ਇਹ ਤੁਸੀਂ ਇੱਥੇ ਸਿਲੈਕਟ ਕਰ ਲੈਣਾ ਉਸ ਤੋਂ ਨੀਚੇ ਖੇਵਟ ਨੰਬਰ ਖਸਨਾ ਨੰਬਰ ਤੁਸੀਂ ਇੱਥੇ ਭਰ ਦੇਣਾਗਾ ਤੇ ਤੁਸੀਂ ਆਪਣੀਆਂ ਕਨਾਲਾਂ ਭਰ ਦੇਣੀਆਂ ਤੇ ਜਿਹੜੀਆਂ ਏਕੜ ਦੇ ਵਿੱਚ ਆਪਣੇ ਆਪ ਕਨਵਰਟ ਹੋ ਜਾਣੀਆਂ ਤੁਸੀਂ ਇੱਥੇ ਕਨਾਲਾਂ ਭਰਨੀਆਂ ਤੇ ਏਕੜ ਦੇ ਵਿੱਚ ਆਪਣੇ ਆਪ ਕਨਵਰਟ ਹੋ ਜਾਣੀਆਂ ਤੇ ਮਰਲਾ ਵੀ ਨਾਲ ਤੁਸੀਂ ਭਰ ਦੇਣਾ ਜੇਕਰ ਅਲੱਗ ਤੋਂ ਹੈ ਤਾਂ ਤੁਸੀਂ ਤੁਸੀਂ ਐਡ ਮੋਰ ਤੇ ਕਰ ਦੇਣਾਗਾ ਜਦ ਤੁਸੀਂ ਐਡ ਮੋਰ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ نیچے ਤੁਹਾਡੀ ਡਿਟੇਲ ਆ ਜਾਵੇਗੀ ਸਿੱਧੀ ਬਜਾਈ ਦਾ ਲੜੀਵਾਰ 베ਰਵਾ ਆ ਚੁੱਕਿਆ ਤੁਹਾਡਾ ਖੇਵਟ ਨੰਬਰ ਖਤੌਨੀ ਨੰਬਰ ਇਹ ਆ ਚੁੱਕਿਆ ਜੇਕਰ ਇਹ ਸਹੀ ਨਹੀਂ ਹੈਗਾ ਤਾਂ ਤੁਸੀਂ ਡਿਲੀਟ ਕਰ ਸਕਦੇ ਹੋ نیچے ਤੋਂ ਤੇ ਉਸ ਤੋਂ ਬਾਅਦ ਇਹ نیچے ਦੇਖ ਸਕਦੇ ਹੋ ਸਿੱਧੀ ਬਜਾਈ ਦਾ ਕੁੱਲ ਰਕਵਾ ਆ ਗਿਆ ਇਕੜ ਦੇ ਵਿੱਚ ਕਨਵਰਟ ਹੋ ਗਿਆ ਉਸ ਤੋਂ ਬਾਅਦ نیچے ਗ੍ਰੀਨ ਬਟਨ ਹੈਗਾ ਇੱਥੇ ਤੁਸੀਂ ਟਿਕ ਕਰ ਦੇਣਾ ਬਲੂ ਟਿਕ ਹੋ ਜਾਵੇਗੀ ਉਸ ਤੋਂ ਬਾਅਦ ਤਾਂ ਇੱਥੇ ਤੁਸੀਂ ਜਮ੍ਹਾਂ ਕਰੋ ਤੇ ਕਲਿੱਕ ਕਰ ਦਿਓਗੇ ਜਮ੍ਹਾਂ ਕਰੋ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਕੰਪਲੀਟ ਹੋ ਚੁੱਕੀ ਇਹ ਦੇਖ ਸਕਦੇ ਹੋ ਧੰਨਵਾਦ ਤੁਹਾਡਾ ਐਪਲੀਕੇਸ਼ਨ ਨੰਬਰ ਆ ਗਿਆ ਜਲਦ ਹੀ ਵਿਭਾਗ ਵੱਲੋਂ ਨਿਯੁਕਤੀ ਵੈਰੀਫਾਈ ਕੀਤਾ ਜਾਵੇਗਾ ਇਸ ਤੋਂ ਬਾਅਦ ਇਸ ਨੂੰ ਤੁਸੀਂ ਪ੍ਰਿੰਟ ਕਰ ਸਕਦੇ ਹੋ ਪੀਡੀਐਫ ਵੀ ਡਾਊਨਲੋਡ ਕਰਕੇ ਰੱਖ ਸਕਦੇ ਹੋ ਇਸ ਤਰ੍ਹਾਂ ਦੋਸਤੋ ਤੁਸੀਂ ਕਿਸਾਨ ਵੀਰੋ ਤੁਸੀਂ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਜੇਕਰ ਕਿਤੇ ਵੀ ਕੋਈ ਡਾਟ ਹੈ ਤਾਂ ਤੁਸੀਂ ਮੈਸੇਜ ਕਰਕੇ ਜਰੂਰ ਪੁੱਛ ਸਕਦੇ ਹੋ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਏ ਸੀਗੇ ਤੁਹਾਡਾ ਬਹੁਤ ਬਹੁਤ ਧੰਨਵਾਦ